ਸੱਚੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ 'ਚ ਅਮੀਰ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਬਿਲਕੁਲ ਘੈਂਟ ਸੋ ਪਹਿਲਾਂ ਬਲੌਗ ਤੁਸੀਂ ਦੇਖਿਆ ਮੇਰੇ ਮੈਡੀਕਲ ਕਾਲਜ ਵਾਲਾ ਜਿਸ ਦਿਨ ਮੈਂ ਗਿਆ ਸੀ ਕਾਲਜ ਉਸ ਦਿਨ ਸਾਨੂੰ ਇੱਕ ਕੋਰਟ ਵਗੈਰਾ ਮਿਲੇ ਤੇ ਬਾਕੀ ਲਾਇਬ੍ਰੇਰੀ ਕਾਰਡ ਵਗੈਰਾ ਤੇ ਟਾਈਮ ਟੇਬਲ ਮਿਲਿਆ ਸੀ ਉਸ ਤੋਂ ਬਾਅਦ ਦਿਵਾਲੀ ਆ ਗਈ ਤੇ ਦੇ ਕਰਕੇ ਦਿਵਾਲੀ ਵਕੇਸ਼ਨ ਵੀਕਐਂਡ ਜਿਹੜਾ ਬ੍ਰੇਕ ਜਾ ਪੈ ਗਿਆ ਵਿੱਚ ਤੋਂ ਤੇ ਬਾਅਦ ਜਾਣ ਹੀ ਹੋਇਆ ਕਾਲਜ ਤੇ ਅੱਜ ਹੁਣ ਲੈਕਚਰ ਸਟਾਰਟ ਹੋਣੇ ਆ ਪਹਿਲੇ ਪਹਿਲਾ ਮਤਲਬ ਅੱਜ ਹੀ ਲਾ ਸਕਦੇ ਤੁਸੀਂ ਅੱਜ ਪਹਿਲਾ ਦਿਨ ਹੈ ਇੱਕ ਤਰੀਕੇ ਨਾਲ ਤੇ ਬਾਕੀ ਮੈਂ ਤੁਹਾਨੂੰ ਆਪਣੇ ਡਿਗਰੀ ਡਿਪਲੋਮੇ ਬਾਰੇ ਸਾਰਾ ਕੁਝ ਸਮਝਾਉਂਗਾ ਕਾਲਜ ਜਾ ਕੇ ਕਿਉਂਕਿ ਮੈਨੂੰ ਨੀਚੇ ਕਮੈਂਟ ਆ ਰਹੇ ਸੀ ਹਲੇ ਤਾਂ ਫਸਟ ਕਾਉਂਸਲਿੰਗ ਵੀ ਨਹੀਂ ਹੋਈ ਐਮਪੀਬੀਪੀਐਸ ਦੀ ਕਿਉਂਕਿ ਦੇਖੋ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਹੈ ਉਹਦੇ 'ਚ ਸਿਰਫ ਇਕੱਲਾ ਐਮਪੀਬੀਪੀਐਸ ਡਿਪਾਰਟਮੈਂਟ ਨਹੀਂ ਹੁੰਦਾ ਉਹਦੇ 'ਚ ਬਹੁਤ ਏ ਡਿਪਾਰਟਮੈਂਟ ਹੈ ਬੀਏ ਐਚਐਮਐਸ ਬੀਐਮਐਸ ਕਿਕੇ ਬੀਡੀਐਸ ਹੋ ਗਿਆ ਤਾਂ ਸਾਰੇ ਡਿਪਾਰਟਮੈਂਟ ਹੁੰਦੇ ਆ ਉਹਦੇ ਤੋਂ ਤੁਹਾਨੂੰ ਮੈਂ ਸਾਰਾ ਕੁਝ ਐਕਸਪਲੇਨ ਕਰੂੰਗਾ ਬਲੌਗ ਦੇ ਨਾਲ ਜੁੜੇ ਰਹੋ ਤੇ ਜੇਕਰ ਵਧੀਆ ਲੱਗ ਰਿਹਾ ਤਾਂ ਲਾਈਕ ਸ਼ੇਅਰ ਕਮੈਂਟ ਸ ਹਰ ਵਾਰੀ ਇਹ ਆਪਣੇ ਕਾਲਜ ਦੀ ਮੇਨ ਐਂਟਰੈਂਸ ਹੈ। ਇਮਿਨੈਂਟ ਐਂਟਰੈਂਸ ਤੋਂ ਬਾਅਦ ਆਪਣਾ ਜਿਹੜਾ ਕਾਲਜ ਦੀ ਆਪਣਾ ਡਿਪਾਰਟਮੈਂਟ ਆ ਉਹ ਉੱਪਰ ਜਾ ਕੇ ਹੈਗਾ, ਸੈਕੰਡ ਫਲੋਰ ਤੇ ਹੈਗਾ। ਤੇ ਇਹ ਤੋਂ ਬਾਅਦ ਹੁਣ ਆਪਣਾ ਪਹਿਲਾ ਲੈਕਚਰ ਹੈ ਸੀ 9 ਵਜੇ। ਤਾਂ ਕਰਕੇ ਆਹ ਦੇਖ ਲਓ ਤੁਸੀਂ ਆਹ ਡਿਪਾਰਟਮੈਂਟ ਆਫ ਫਾਰਮੇਸੀ ਉੱਤੇ ਹੀ ਹੈ ਸਾਰਾ ਕੁਝ ਡਿਪਾਰਟਮੈਂਟ ਆਫ ਫਾਰਮੇਸੀ ਦਾ। 9 ਵਜੇ ਸਾਡੀ ਪਹਿਲੀ ਕਲਾਸ ਹੈ, ਥੋੜਾ ਜਿਹਾ ਲੇਟ ਹੋਗੇ। ਤਾਂ ਮੈਨੂੰ ਪੁੱਛ ਰਹੇ ਸੀ ਵੀ ਕਾਉਂਸਲਿੰਗ ਨਹੀਂ ਹੋਈ ਹਲੇ। ਨਾ ਤੁਸੀਂ ਕਿਵੇਂ ਹੋਗੇ ਮੈਡੀਕਲ ਕਾਲਜ ਤਾਂ ਮੇਰਾ ਜਿਹੜਾ ਕੋਰਸ ਹੈ ਫਾਰਮੇਸੀ ਐ ਐਮਬੀਬੀਐਸ ਨਹੀਂ ਹੈ ਕਿਉਂਕਿ ਇੱਕ ਕਾਲਜ ਦੇ ਅੰਦਰ ਬਹੁਤ ਸਾਰੇ ਡਿਪਾਰਟਮੈਂਟ ਹੁੰਦੇ ਆ ਇਕੱਲਾ ਐਮਬੀਬੀਐਸ ਡਿਪਾਰਟਮੈਂਟ ਨਹੀਂ ਹੁੰਦਾ ਹੁਣ ਪਹਿਲੀ ਕਲਾਸ ਦੀ ਮੇਰੀ ਹਿਊਮਨ ਐਨਾਟੋਮੀ ਐਂਡ ਫਿਜ਼ੀਓਲੋਜੀ ਦੀ ਹਿਊਮਨ ਐਨਾਟੋਮੀ ਐਂਡ ਫਿਜ਼ੀਓਲੋਜੀ ਸਾਰਾ ਹਿਊਮਨ ਬੋਡੀ ਦੇ ਬਾਰੇ ਪਤਾ ਕਰਦੇ ਆ ਤੇ ਉਹਦੀ ਮੂਵਮੈਂਟਸ ਕਿਵੇਂ ਉਹ ਵਰਕ ਕਰ ਰਿਹਾ ਸਾਰਾ ਕੁਝ ਉਹਦੇ ਬਾਰੇ ਪਤਾ ਕਰਦਾ ਤਾਂ ਪਹਿਲੀ ਕਲਾਸ 'ਚ ਸਾਨੂੰ ਸਿਰਫ ਬੇਸਿਕ ਜਿਹਾ ਕਰਵਾਇਆ ਮੈਡਮ ਨੇ ਤੇ ਗਰੁੱਪ 'ਚ ਐਡ ਕਰਵਾਇਆ ਇੱਕ ਕਲਾਸ ਲਾਣ ਤੋਂ ਬਾਅਦ ਜਿਹੜੀ ਅਗਲੀ ਕਲਾਸ ਹੈ ਉਹ ਸਾਡੀ 10 ਵਜੇ ਸ਼ੁਰੂ ਹੋਈ ਜਿੱਦਾਂ ਸੀ ਸੋਸ਼ਲ ਫਾਰਮੇਸੀ ਜਿਸ ਸਾਨੂੰ ਸੋਸ਼ਲ ਮੈਡੀਸਿਨ ਦੇ ਬਾਰੇ ਪਤਾ ਕਰਿਆ ਇਹ ਵੀ ਸਾਡੇ ਕਾਲਜ ਦੀ ਇੱਕ ਲੱਗ ਜ ਉਹ ਬਿਲਡਿੰਗ ਹੈ ਸਾਈਡ 'ਤੇ ਜਾ ਕੇ ਕਿਉਂਕਿ ਜਿਹੜੀ ਕਾਲਜ ਦੇ ਤਿੰਨ ਐਂਟਰੈਂਸ ਹੈ ਮੇਨ ਤੇ ਇਹ ਤੀਜੀ ਐਂਟਰੈਂਸ ਤੇ ਹੈਗੀ ਹੈ ਇਹ ਵਾਲੀ ਬਿਲਡਿੰਗ ਤਾਂ ਇਹ ਵੈਸੇ ਤਾਂ ਖਾਲੀ ਹੈ ਇਹ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਿਨ ਤਾਂ ਸਾਡੇ ਜਿਹੜਾ ਕੱਲ ਅਸੀਂ ਪੜਿਆ ਕਮਿਊਨਿਟੀ ਮੈਡੀਸਿਨ ਦੇ ਬਾਰੇ ਪਤਾ ਲੱਗਿਆ ਵੀ ਕਿਵੇਂ ਇੱਕ ਮੈਡੀਸਿਨ ਤੇ ਹੈਲਥੀ ਪਰਸਨ ਕਿਵੇਂ ਉਹਦੇ ਕਿਹੜੇ ਕਿਹੜੇ ਫੈਕਟਰ ਤੇ ਡਿਪੈਂਡ ਕਰਦਾ ਹੈ ਹੈਨਾ ਸੋਸ਼ਲ ਫੈਕਟਰ ਇਮੋਸ਼ਨਲ ਫੈਕਟਰ ਤੇ ਬਸ हां ਬਾਅਦ ਚ ਮੈਨੂੰ ਬੈਚ ਵੀ ਮਿਲ ਗਏ ਜਿਹੜੇ ਆਪਾਂ ਲਾਣੇ ਆ ਵਾਈਟ ਕੋਟ ਦੇ ਉੱਤੇ ਤਾਂ ਇਹ ਲਾਣੇ ਦੇ ਬਾਅਦ ਫਿਰ ਜਿਹੜੀ ਆਪਣੀ ਕਲਾਸ ਖਤਮ ਹੋਈ ਜਦੋਂ ਉਸ ਤੋਂ ਬਾਅਦ ਕਿਉਂਕਿ ਜਿਹੜੀ ਪ੍ਰੈਜ਼ੈਂਟ ਹੁਣ ਐਬਸੈਂਟ ਲੱਗਦੀ ਹੈ ਉਹ ਕਲਾਸ ਖਤਮ ਹੋਣ ਤੋਂ ਬਾਅਦ ਹੀ ਲੱਗਦੀ ਹੈ ਜਿਹੜੀ ਵੀ ਲੱਗਦੀ ਹੈ ਆਪਣੀ ਇਸ ਤੋਂ ਬਾਅਦ ਜਿਹੜੀ ਆਪਣੀ ਕਲਾਸ ਸੀ ਉਹ ਦੀ ਫਾਰਮਾਸਿਓਟਿਕਲ కెਮਿਸਟਰੀ ਦੀ ਓ ਸਾਡੀ ਲਾਇਬ੍ਰੇਰੀ ਚ ਲੱਗੀ ਐ ਬਹੁਤ ਬੜਾ ਹੌਲੀ ਠੰਡ ਚ ਨਾ ਹੋ ਗਈ ਸਾਡੀ ਉਥੇ 4-5 AC ਚੱਲ ਰਹੇ ਸੀ ਤਾਂ ਫਾਰਮਾਸੋਟੀਕਲ ਕੈਮਿਸਟਰੀ ਚ ਕੀ ਆ ਗਿਆ ਸੀ ਉਹਦੇ ਚ ਸਾਰਾ ਕੁਝ ਉਹਨਾਂ ਨੇ ਦੱਸਿਆ ਕਿ ਜਿਹੜੀ ਦਵਾਈ ਐ ਉਹ ਕਿਵੇਂ ਬਣਦੀ ਐ ਪ੍ਰੋਸੀਜਰ ਸਾਰਾ ਸਮਝਾਇਆ ਉਹਨਾਂ ਨੇ ਹੈਨਾ ਰਿਐਕਸ਼ਨ ਤੇ ਜਿਵੇਂ ਆਪਾਂ +1 +2 ਚ ਕਰਦੇ ਆਏ ਕੈਮਿਸਟਰੀ ਦੀ ਰਿਐਕਸ਼ਨਸ ਉਮੇ ਸਾਰੀ ਰਿਐਕਸ਼ਨਸ ਦੀ ਉਹਦੇ ਬਾਰੇ ਦੱਸ ਲਿਆ ਤੇ ਸਾਡੀ ਸਾਰੀ ਕਲਾਸ ਦਾ ਯੂਸੀਸੀ ਟੋਟਲ 48 ਸਟੂਡੈਂਟ ਐ ਕਲਾਸ ਦੇ ਵਿੱਚ ਤੇ ਕਲਾਸ ਮਤਲਬ ਕਾਫੀ ਵੈਲ ਡਿਸਪਲਿਨਡ ਜੀ ਰਹਿੰਦੀ ਹੈ ਜਦੋਂ ਟੀਚਰ ਆ ਜਾਂਦੇ ਨੇ ਉਹ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਸਾਰੀ ਕਲਾਸਾਂ ਕਿਵੇਂ ਕਾ ਪੈਂਦਾ ਹੈ ਤੇ ਇਹ ਸਾਡੀ ਮਤਲਬ ਪਹਿਲਾ ਲੈਕਚਰ ਖਤਮ ਜਿਹੜਾ ਫਾਰਮਾਸਿਓਟਿਕਲ ਕੈਮਿਸਟਰੀ ਦਾ ਸੀ ਚੌਥਾ ਲੈਕਚਰ ਉਹ ਖਤਮ ਹੋ ਗਿਆ ਤੇ ਜਿਹੜਾ ਹੁਣ ਨੈਕਸਟ ਲੈਕਚਰ ਸੀ ਉਹ ਸੀ ਆਪਣਾ ਸਾਡਾ ਫਾਰਮਾਸਿਓਟਿਕਸ ਦਾ ਉਹ ਲਾਣ ਤੋਂ ਬਾਅਦ ਅਸੀਂ ਫ੍ਰੀ ਹੋ ਗਏ ਤੇ ਉਹ ਤੋਂ ਬਾਅਦ ਸਾਨੂੰ ਛੁੱਟੀ ਹੋ ਗਈ ਤਾਂ ਮਤਲਬ ਦੁਬਾਰਾ ਤੋਂ ਜਦੋਂ ਪਲੱਸ 1 ਪਲੱਸ 2 ਕੀਤੀ ਹੈ ਨਾ ਉਸ ਤੋਂ ਬਾਅਦ ਹੁਣ 4-5 ਮਹੀਨੇ ਦੇ ਗੈਪ ਤੋਂ ਬਾਅਦ ਦੁਬਾਰਾ ਪੜਨਾ ਥੋੜਾ ਜਿਹਾ ਮੁਸ਼ਕਲ ਲੱਗ ਰਿਹਾ ਸੀ ਇੰਨਾ ਟਾਈਮ ਬੈਠੇ ਵੀ ਨਹੀਂ ਜਾ ਰਹੇ ਸੀ ਕਿਉਂਕਿ ਕਲਾਸ 'ਚ ਆਪਾਂ 45-45 ਮਿੰਟ ਦਾ ਲੈਕਚਰ ਹੁੰਦਾ ਹੈ ਪਰ ਉਰੇ 1-1 ਘੰਟੇ ਦਾ ਲੈਕਚਰ ਹੁੰਦਾ ਤੇ ਕਈ ਵਾਰ ਟਾਈਮ ਥੋੜਾ ਆਪ ਵੀ ਲੱਗ ਜਾਂਦਾ ਹੈ ਤਾਂ ਉਹ ਲਾਣ ਤੋਂ ਬਾਅਦ ਆਪਾਂ ਫ੍ਰੀ ਹੋ ਗਏ ਤੇ ਆਪਾਂ ਉੱਥੋਂ ਨਿਕਲ ਪਏ ਤੇ ਇਹ ਕਾਲਨਸ ਦੀ ਮੇਨ ਐਂਟਰੈਂਸ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਹੈ ਨਾ ਇਹ ਮਤਲਬ ਸਭ ਤੋਂ ਸੋਨਾ ਵੀ ਹੋਈ ਇਹਦਾ ਹੀ ਲੱਗਦਾ ਹੈ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਲੱਗਿਆ ਹੋਇਆ ਹੈ ਨਾ ਤੇ ਇੱਕ ਹੋਰ ਗੱਲ ਦੱਸਾਂ ਤੁਹਾਨੂੰ ਮੈਂ ਜਦੋਂ ਮਤਲਬ ਇਹ ਫੀਲ ਨਾ ਸਭ ਤੋਂ ਲੱਗ ਗਈ ਜਿਹੜੇ-ਜਿਹੜੇ ਮੈਡੀਕਲ ਸਟੂਡੈਂਟ ਆ ਉਹਨਾਂ ਨੂੰ ਪਤਾ ਹੀ ਹੋਣਾ ਜਦੋਂ-ਜਦੋਂ ਵਾਈਟ ਕੋਟ ਪਾ ਕੇ ਘੁੰਮਦੇ ਆ ਨਾ ਕਿਤੇ ਸੱਚੀ ਕਹ ਰਿਹਾ ਵੀ ਉਤੋਂ ਵੱਧ ਨਗਾਰਾ ਕਿਤੇ ਆਂਦਾ ਹੀ ਨਹੀਂ ਹੈਗਾ ਸਾਰਿਆਂ ਤੋਂ ਵਧੀਆ ਹੀ ਫੀਲ ਇਹੀ ਹੈ ਇਹ ਕਰਨ ਤੋਂ ਬਾਅਦ ਫਿਰ ਅਸੀਂ ਸਾਹਮਣੇ ਵਾਲੇ ਜਿਹੜਾ ਰਜਿੰਦਰਾ ਹਸਪੀਟਲ ਸੀ ਉੱਥੇ ਆਪਣੀ ਫਾਈਲਸ ਤੇ ਬੁੱਕਸ ਲੈਣ ਗਏ ਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਵੱਲੋਂ ਨਿਕਲ ਗਿਆ ਤੇ ਇੰਨਾ ਜ਼ਿਆਦਾ ਥੱਕ ਗਿਆ ਸੀ ਮੈਂ ਸੋਚਿਆ ਚਲੋ ਅੱਜ ਸਟਾਰਬਕਸ ਵੀ ਟਰਾਈ ਕੀਤਾ ਜਾਵੇ ਪਰ ਉਰੇ ਤੋਂ ਕੋਈ ਆਟੋ ਜਾਂ ਰਿਕਸ਼ਾ ਕੁਝ ਨਹੀਂ ਮਿਲਦਾ ਤਾਂ ਫਿਰ ਮੈਂ 1 ਕਿਲੋਮੀਟਰ ਅੱਗੇ ਤੁਰ ਕੇ ਜਾਣਾ ਲੱਗਿਆ ਉਸ ਤੋਂ ਬਾਅਦ ਫਾਈਨਲੀ ਮੈਂ ਪਹੁੰਚ ਗਿਆ ਸਟਾਰਬਕਸ ਤੇ ਉਰੇ ਆ ਕੇ ਮੈਂ ਆਪਣੀ ਫੇਵਰਿਟ ਫਰਾਪੀਚੀਨੋ ਕੈਰਮਲ ਆਰਡਰ ਕੀਤੀ ਤੇ ਇਹ ਪੀ ਤੇ ਉਰੇ ਦਾ ਮਾਹੌਲ ਬਹੁਤ ਜ਼ਿਆਦਾ ਬੜੀਆ ਸੀ ਪਰ ਇਹ ਥੋੜੀ ਨਾ ਫਿੱਕੀ ਦੀ ਤੁਹਾਨੂੰ ਪਤਾ ਵੀ ਫਿੱਕੀ ਕਿਥੇ ਜੱਟ ਪਾਈ ਪਿੰਦੇ ਆ ਫਿਰ ਮੈਂ ਇਹਦੇ ਜ ਐਕਸਟਰਾ ਦੋ ਦੋ 슈ਗਰ ਪਾਈਆਂ ਐਕਸਟਰਾ ਫਿਰ ਮੈਂ ਆਪਣੀ ਕਾਫੀ ਖਤਮ ਕਰੀ ਤੇ ਫਿਰ ਸੋਚੇ ਵੀ ਚਲੋ ਹੁਣ ਟਾਈਮ ਵੀ ਹੋ ਗਿਆ ਬਹੁਤ ਜ਼ਿਆਦਾ ਥਕਾਨ ਵੀ ਬਹੁਤ ਜ਼ਿਆਦਾ ਹੋਈ ਹੋਈ ਇਹ ਵੀ ਚਲੋ ਹੁਣ ਆਪਣਾ ਘਰ ਵੱਲ ਰਵਾਨਾ ਹੁੰਦੇ ਆ ਤੇ ਅੱਜ ਦਾ ਵਲੌਗ ਇਹੀ ਸੀ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊ ਤੇ ਜੇਕਰ ਮੇਰੇ ਤੋਂ ਕੁਝ ਗਲਤ ਇਨਫੋਰਮੇਸ਼ਨ ਦੇ ਦਿੱਤੀ ਗਈ ਹੋਵੇ ਤਾਂ ਮੈਨੂੰ ਮਾਫ ਕਰਿਓ ਤੇ ਅੱਗੇ ਤੁਹਾਡੇ ਲਈ ਐਵੇਂ ਦੇ ਵਧੀਆ ਵਧੀਆ ਵਲੌਗ ਲੈ ਕੇ ਆਂਦਾ ਰਹੂੰਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ